ਸਾਰੇ ਪੈਸੇ ਮੱਚ ਗਏ ਇਸ ਲਾਜੀ। ਬੱਸ ਸਟੈਂਡ ਦੇ ਵਿੱਚ ਸਥਿਤ ਐਕਸਿਸ ਬੈਂਕ ਦੇ ਏਟੀਐਮ 'ਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਲੋਕਾਂ ਦੇ ਵਿੱਚ ਭਗਦੜ ਮੱਚ ਗਈ ਤੇ ਕੋਲ ਖੜੀਆਂ ਗੱਡੀਆਂ ਲੋਕਾਂ ਨੇ ਫਟਾਫਟ ਰੋੜ ਕੇ ਪਰਾਂ ਕੀਤੀਆਂ। ਲਗਾਤਾਰ ਪੰਜਾਬ ਦੇ ਵਿੱਚ ਗਰਮੀ ਕਾਰਨ ਵੱਖ-ਵੱਖ ਥਾਵਾਂ ਤੇ ਅੱਗ ਲੱਗਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਤੇ ਹੁਣ ਇਹ ਤਾਜ਼ਾ ਮਾਮਲਾ ਸਾਹਮਣੇ ਆਇਆ ਜਦੋਂ ਐਕਸਿਸ ਬੈਂਕ ਦੇ ਏਟੀਐਮ ਦੇ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਹਰ ਪਾਸੇ ਭਗਦੜ ਮੱਚਦੀ ਹੋਈ ਦਿਖਾਈ ਦਿੱਤੀ, ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਸ ਸਟੈਂਡ ਦੇ ਵਿੱਚ ਲੋਕ ਇੱਧਰ ਉੱਧਰ ਜਾਣ ਦੇ ਲਈ ਰੁਕਦੇ ਨੇ। ਪਰ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਬੱਸ ਸਟੈਂਡ ਦੇ ਉੱਤੇ ਕੋਈ ਵੀ ਅੱਗ ਬੁਝਾਊ ਯੰਤਰ ਦਿਖਾਈ ਨਹੀਂ ਦਿੱਤਾ ਤੇ ਨਾ ਹੀ ਏਟੀਐਮ ਦੇ ਵਿੱਚ ਕੋਈ ਅੱਗ ਬੁਝਾਊ ਯੰਤਰ ਲੱਗਿਆ ਹੋਇਆ ਸੀ। ਉਸਦੇ ਨਾਲ ਹੀ ਬੁੱਕ ਸਟੋਰ ਏਟੀਐਮ ਦੇ ਨਾਲ ਸੀ। ਜਦੋਂ ਇਸਦਾ ਪਤਾ ਬੁੱਕ ਸਟੋਰ ਦੇ ਮਾਲਕ ਨੂੰ ਲੱਗਿਆ ਤਾਂ ਉਸਨੇ ਆਪਣੇ ਸਾਰੇ ਅਖਬਾਰ ਤੇ ਕਿਤਾਬਾਂ ਬਾਹਰ ਕੱਢ ਦਿੱਤੀਆਂ ਤੇ ਡਰ ਦਾ ਮਾਹੌਲ ਪੈਦਾ ਹੋ ਗਿਆ। ਇਹ ਐਕਸਿਸ ਬੈਂਕ ਸੰਗਰੂਰ ਦੇ ਬੱਸ ਸਟੈਂਡ ਦੇ ਵਿੱਚ ਸਥਿਤ ਹੈ ਜਿੱਥੇ ਇਹ ਭਿਆਨਕ ਅੱਗ ਲੱਗੀ ਹੈ। ਜਦੋਂ ਇਸ ਘਟਨਾ ਤੋਂ ਬਾਅਦ ਦੁਕਾਨਦਾਰਾਂ ਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਇੱਥੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ। ਬੱਸ ਸਟੈਂਡ ਦੇ ਉੱਤੇ ਕੋਈ ਵੀ ਅੱਗ ਬੁਝਾਊ ਯੰਤਰ ਨਹੀਂ ਸੀ, ਜਿਸ ਦਾ ਜ਼ਿੰਮੇਵਾਰ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਅਤੇ ਬੱਸ ਸਟੈਂਡ ਸੰਗਰੂਰ ਪ੍ਰਸ਼ਾਸਨ ਹੈ, ਜੋ ਕਿ ਇੱਕ ਵੱਡੀ ਲਾਪਰਵਾਹੀ ਹੈ। ਜੇਕਰ ਕਿਸੇ ਦਾ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਸਦਾ ਜ਼ਿੰਮੇਵਾਰ ਕੌਣ ਸੀ? ਅਤੇ ਜਦੋਂ ਇਸ ਵਿਸ਼ੇ ਦੇ ਉੱਤੇ ਉੱਥੇ ਦੇ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਿਆ ਸੀ ਬਾਲਟੀਆਂ ਦੇ ਨਾਲ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਅਤੇ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਅਤੇ ਕੁਝ ਹੀ ਮਿੰਟਾਂ ਬਾਅਦ ਉਹ ਆ ਗਏ ਤੇ ਅੱਗ ਬੁਝਾਉਣ ਦੇ ਵਿੱਚ ਲੱਗ ਗਏ। ਪਰ ਉਦੋਂ ਤੱਕ ਲੋਕਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ। ਹਾਲਾਂਕਿ ਏਟੀਐਮ ਦੇ ਵਿੱਚ ਕਿੰਨੇ ਪੈਸੇ ਸਨ ਇਸਦੀ ਹਜੇ ਪੁਸ਼ਟੀ ਨਹੀਂ ਹੋ ਸਕੀ, ਪਰ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਅੱਗ ਬਹੁਤ ਹੀ ਭਿਆਨਕ ਹੈ, ਜਿਸ ਕਾਰਨ ਬੱਸ ਸਟੈਂਡ ਦੇ ਉੱਤੇ ਮੌਜੂਦ ਲੋਕਾਂ ਦੇ ਵਿੱਚ ਭਗਦੜ ਵਾਲਾ ਮਾਹੌਲ ਬਣ ਗਿਆ, ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਹਾਲਾਂਕਿ ਲੋਕਾਂ ਨੇ ਹੀ ਖੁਦ ਅੱਗ ਤੇ ਕਾਬੂ ਪਾਇਆ। ਤਸਵੀਰਾਂ ਸੰਗਰੂਰ ਦੇ ਬੱਸ ਸਟੈਂਡ ਦੇ ਵਿੱਚ ਸਥਿਤ ਐਕਸਿਸ ਬੈਂਕ ਦੀਆਂ ਨੇ ਜਿੱਥੇ ਇਹ ਭਿਆਨਕ ਅੱਗ ਲੱਗੀ ਹੈ। ਦੇਖੋ ਮੈਂ ਸੋਚਿਆ ਕਿ ਯਾਤਰੀ ਆ, ਮੈਂ ਬਟਾਲਾ ਤੋਂ ਆਇਆ ਸਪੈਸ਼ਲੀ ਇੱਥੇ ਸੰਗਰੂਰ ਆਪਣੇ ਕਿਸੇ ਆਪਣੇ ਡੀਲਰ ਨੂੰ ਮਿਲਣਾ ਤੇ ਮੈਂ ਦੇਖਿਆ ਵੀ ਇੱਥੇ ਅੱਗ ਲੱਗ ਗਈ ਆ ਤੇ ਏਟੀਐਮ ਨੂੰ ਅੱਗ ਲੱਗ ਗਈ ਆ ਤੇ ਕੋਈ ਨਾ ਕੋਈ ਫਾਇਰ ਇੰਸਟਰੂਮੈਂਟ ਜ਼ਰੂਰ ਆਪਣਾ ਅਵੇਲੇਬਲ ਹੋਣਾ ਚਾਹੀਦਾ ਜਿਹਦੇ ਨਾਲ ਮੌਕੇ 'ਤੇ ਕੋਈ ਵੀ ਯਾਤਰੀ ਉਹਨੂੰ ਯੂਜ਼ ਕਰਕੇ ਤੇ ਅੱਗ ਬੁਝਾ ਸਕੇ। ਅੱਗ ਅਗਰ ਇਹੋ ਜਿਹਾ ਇੰਸਟਰੂਮੈਂਟ ਨਹੀਂ ਹੋਏਗਾ ਤਾਂ ਲਾਗੇ ਜਾ ਕੇ ਦੁਕਾਨਾਂ ਨੇ ਜਿਸ ਤਰ੍ਹਾਂ ਆਪਣਾ ਆਪਣਾ ਤੁਸੀਂ ਦੇਖ ਰਹੇ ਹੋ ਬੁੱਕ ਸਟੋਰ ਹੈ, ਅਗਰ ਬੁੱਕ ਸਟੋਰ ਨੂੰ ਅੱਗ ਲੱਗ ਜਾਂਦੀ ਸਾਰੀ ਅੱਗ ਤੇ ਸਾਰੇ ਬੱਸ ਸਟੈਂਡ ਦੇ ਯਾਤਰੀ ਖਰਾਬ ਹੋਣੇ ਸੀਗੇ। ਤੇ ਮੈਂ ਤਾਂ ਸਰਕਾਰ ਨੂੰ ਇਹੀ ਬੇਨਤੀ ਕਰਾਂਗਾ ਵੀ ਹਰ ਇੱਕ ਬੱਸ ਸਟੈਂਡ ਤੇ ਹਰ ਇੱਕ ਸਟੇਸ਼ਨ ਦੇ ਉੱਤੇ ਫਾਇਰ ਵਾਲੇ ਫਾਇਰ ਨੂੰ ਬੁਝਾਉਣ ਵਾਸਤੇ ਇੰਸਟਰੂਮੈਂਟ ਲਗਾਏ ਜਾਣ। ਜਿੱਥੇ ਪਬਲਿਕ ਡੀਲਿੰਗ ਵੱਧ ਹੈ, ਸਰਕਾਰੀ ਹਸਪੀਟਲ ਨੇ ਕਿਹੜਾ ਕਿਹੜਾ ਹਾਦਸਾ ਹੋਇਆ ਇਸ ਦਾ, ਗੁਜਰਾਤ 'ਚ ਹੋਇਆ, ਹੋਰ ਹੋਇਆ, ਵੀ ਕਈ ਜਾਣਾ ਜਾਂਦਾ। ਬਹੁਤ ਸਾਰੇ ਹਾਦਸੇ ਹੋ ਜਾਂਦੇ ਆ ਜੀ, ਇਹ ਹਾਦਸਿਆਂ ਨੂੰ ਬਚਾਉਣਾ ਵੀ ਅਸੀਂ ਹੈ, ਸਾਰਿਆਂ ਸਾਥ ਮਿਲ ਕੇ ਬਚਾਉਣਾ ਤੇ ਪਲੱਸ ਪਬਲਿਕ ਨੂੰ ਇਹ ਤਰੀਕਾ ਵੀ ਦੱਸਿਆ ਜਾਏ ਵੀ ਇੰਸਟਰੂਮੈਂਟ ਯੂਜ਼ ਕਿੱਦਾਂ ਕਰੀਦਾ। ਹੋਰ ਤਾਂ ਪਾਣੀ ਦੀ ਬਾਲਟੀ ਵੀ ਹੁੰਦੀ ਨੇ ਦਿੱਤਾ ਵੀ ਤੁਸੀਂ ਪ੍ਰਸ਼ਾਸਨ ਦੀ ਨਾਈ ਬਿਲਕੁਲ ਬਿਲਕੁਲ ਪ੍ਰਸ਼ਾਸਨ ਨੂੰ ਰਾਖੀ ਹੈ ਜੀ, ਬਿਲਕੁਲ ਪ੍ਰਸ਼ਾਸਨ ਨੂੰ ਚਾਹੀਦਾ ਵੀ ਹਰ ਜਗ੍ਹਾ ਰੇਤ ਦੀ ਬਾਲਟੀ, ਪਾਣੀ ਦੀ ਬਾਲਟੀ ਦੇ ਅਵੇਲੇਬਲ ਨਹੀਂ ਹੁੰਦੇ ਕਿਉਂਕਿ ਪਾਣੀ ਸੁੱਕ ਜਾਂਦਾ। ਰੇਤ ਦੀ ਬਾਲਟੀ ਹੋਏ ਜਾਂ ਕਾਰਬਨ ਡਾਈਆਕਸਾਈਡ ਦੇ ਆਉਂਦੇ ਅੱਜ ਕੱਲ੍ਹ ਆਪਣਾ ਅੱਗ ਬੁਝਾਉਣ ਵਾਸਤੇ ਹਰ ਇੱਕ ਹੋਸਪਿਟਲ 'ਚ ਅਵੇਲੇਬਲ ਹੁੰਦੇ ਆ, ਉਹ ਬੱਸ ਸਟੈਂਡ ਨੂੰ ਅਵੇਲੇਬਲ ਹੋਣੇ ਚਾਹੀਦੇ ਆ ਅਤੇ ਟਾਈਮ ਟੂ ਟਾਈਮ ਉਹਨੂੰ ਉਹਦੇ ਜਿੱਦਾਂ ਆਪਣਾ ਐਕਸਪਾਇਰੀ ਡੇਟ ਆਈ ਉਹਨੂੰ ਚੇਂਜ ਵੀ ਕਰਨਾ ਚਾਹੀਦਾ। ਮੈਂ ਤਾਂ ਦੇਖਾਂ ਕਿ ਧੂਆਂ ਨਿਕਲ ਰਿਹਾ ਸੀ, ਉਹਦੇ ਬਾਅਦ ਮੇਰੇ ਪਾਸ ਗਾਂ ਸੀ ਤੇ ਮੈਂ ਗਾਂ ਕੋ ਐਡਜਸਟ ਕਰਨ ਲੱਗਾ, ਫਿਰ ਮੇਰਾ ਜੀ ਨਹੀਂ ਮਾਰਾ, ਮੈਂ ਜਾ ਕੇ ਦੇਖੀ, ਦੇਖਾ ਤਾਂ ਅੱਗ ਜੜਾ ਲੱਗਾ ਹੋਇਆ ਸੀ। ਫਿਰ ਮੈਂ ਦੋ ਬਾਲਟੀ ਲੈ ਕੇ ਗਿਆ ਪਾਣੀ ਦਾ, ਪਾਣੀ ਮਾਰਾ ਦੋ ਬਾਲਟੀ, ਫਿਰ ਬਾਗ ਬਾਗ ਕੇ ਵੀ 25 ਬਾਲਟੀ ਮਾਰਾ,
ਫਿਰ ਥੋੜਾ ਕੰਟਰੋਲ ਨਹੀਂ ਆਇਆ। ਤੇ ਉਰੇ ਕੋਈ ਬੱਸ ਸਟੈਂਡ ਹੈ, ਉਰੇ ਕੋਈ ਫਾਇਰ ਇੰਸਟਰੂਮੈਂਟ ਲੱਗਿਆ ਹੋਇਆ ਪਾਣੀ ਦੀ ਬਾਲਟੀ ਰੇਤਾ ਜਾਂ ਕੋਈ ਅੱਗ ਬੁਝਾਊ ਯੰਤਰ ਹੈਗਾ ਬੱਸ ਸਟੈਂਡ 'ਚ? ਸਾਹਿਬ ਮੈਂ ਤਾਂ ਪਰਦੇਸੀ ਹੂੰ, ਮੈਨੂੰ ਉਨਾ ਪਤਾ ਨਹੀਂ। ਤੁਸੀਂ ਦੇਖਾ ਹੈ ਕਈ ਜਗ੍ਹਾ ਹੋਇਆ ਜਾਂ ਕੁਛ ਹੈਗਾ? ਐਸੇ ਮੈਂ ਤਾਂ ਨਹੀਂ ਦੇਖਾ, ਮੈਂ ਟੁੱਟੀ ਟੁੱਟੀ ਦੇਖਾਂ ਬਸ। ਅਖਬਾਰਾਂ ਦੀ ਨਿਊਜ਼ ਪੇਪਰ ਦੀ ਤੇ ਬੁਕਸ ਵਗੈਰਾ ਨੇ ਅੰਦਰ, ਸਾਰੇ ਬੁਕਸ ਨੇ ਜੇ ਮਾੜੀ ਮੋਟੀ ਇੱਧਰ ਪਹੁੰਚ ਜਾਂਦੀ ਔਖਾ ਹੋਇਆ। ਲੋਕਾਂ ਨੇ ਪਾਣੀ ਪਾਇਆ, ਪਾਣੀ ਨਾਲ ਕੋਈ ਫਰਕ ਨਹੀਂ ਪਿਆ। ਤੁਸੀਂ ਸਮਝਦੇ ਨਹੀਂ ਵੀ ਕੋਈ ਐਡਾ ਵੱਡਾ ਬੱਸ ਸਟੈਂਡ, ਐਡੀ ਪਬਲਿਕ ਆਂਦੀ ਹੋਵੇ, ਕੋਈ ਸਾਰੇ ਇਨਸਟਰੂਮੈਂਟ ਨਹੀਂ ਲੱਗਿਆ ਹੋਇਆ? ਲੱਗਿਆ ਨਹੀਂ ਲੱਗਿਆ। ਅੰਦਰ ਵੀ ਜ਼ਰੂਰੀ ਹੈ ਏਟੀਐਮ 'ਚ? ਅੱਛਾ, ਏਟੀਐਮ 'ਚ ਵੀ ਇਹ ਚੀਜ਼ ਜ਼ਰੂਰੀ ਹੈ ਲਾਏ? ਜੇ ਟੋਕਨ ਨਾ ਹੁੰਦਾ ਜੇ ਉਹ ਚੀਜ਼ ਹੁੰਦੀ ਫਰਕ ਪੈ ਜਾਂਦਾ। ਉਹ ਚੀਜ਼ ਨਾਲ ਸਮਝਦੇ ਨਹੀਂ ਵੀ ਜੇ ਨਾਮ ਇੱਥੇ ਪਹੁੰਚਦੀਆਂ ਬੈਰੀਕੇਡ ਦੀ ਕਿੱਡਾ ਵੱਡਾ ਹਾਸਾ ਹੋ ਸਕਦਾ ਸੀ? ਹੋ ਸਕਦਾ ਜੀ, ਪੂਰੀ ਅੱਗ ਤਾਂ ਜੀ ਪੂਰੀ ਦੁਕਾਨ ਤੱਕ ਪਹੁੰਚ ਗਈ ਸੀ ਤੇ 2 ਮਿੰਟ ਹੋਰ ਲੇਟ ਹੋ ਜਾਂਦੀ ਇੱਧਰ ਵੀ ਲੱਗ ਜਾਂਦੀ। ਅੱਗ ਧੂੰਆਂ ਦੇਖਿਆ ਅਸੀਂ, ਅੰਦਰ ਆ ਕੇ ਦੇਖਿਆ ਤਾਂ ਏਟੀਐਮ ਐਕਸਿਸ ਬੈਂਕ ਦਾ ਸੀ, ਉਹਨੂੰ ਅੱਗ ਲੱਗੀ ਹੋਈ ਤੇ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਮਿੰਟੋ ਮਿੰਟ ਬਦ ਕੇ ਕਾਰਵਾਈ ਕਰੀ। ਨਾਲ ਸਾਡੇ ਰਵਿੰਦਰਪਾਲ ਸੀ। ਲੋਕਾਂ ਦੇ ਕੋਈ ਉਹ ਨੀ, ਠੀਕ ਨੇ ਏਟੀਐਮ ਵੀ ਕੋਲ ਆਉਂਦੇ।